ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਰਸ਼ਨ ਸਿੰਘ, ਦਰਸ਼ਕ, ਵਿਸ਼ੇਸ਼ ਰਿਪੋਰਟ ਲੈ ਕੇ ਹਾਜ਼ਰ ਹਾਂ। ਅੱਜ ਆਪਾਂ ਲੋਕ ਸਭਾ ਹਲਕਾ ਬਠਿੰਡਾ ਦੀ ਗੱਲ ਕਰਾਂਗੇ। ਹੁਣ ਤੱਕ ਆਪਾਂ ਪਟਿਆਲਾ ਦੀ ਗੱਲ ਕੀਤੀ ਹੈ ਅਤੇ ਸੰਗਰੂਰ ਦੀ ਗੱਲ ਕੀਤੀ ਹੈ। ਬਠਿੰਡਾ ਲੋਕ ਸਭਾ ਹਲਕਾ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇੱਥੇ ਪਿਛਲੇ 20 ਸਾਲਾਂ ਤੋਂ ਅਕਾਲੀ ਦਲ ਦਾ ਕਬਜ਼ਾ ਰਿਹਾ ਅਤੇ 3 ਵਾਰ ਹਰਸਿਮਰਤ ਕੌਰ ਬਾਦਲ ਇੱਥੋਂ ਦੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਨੇ। 2004 ਦੇ ਵਿੱਚ ਬੀਬੀ ਗੁਲਸ਼ਨ ਸੀਗੀ, ਉਸ ਤੋਂ ਬਾਅਦ 2009 ਦੇ ਵਿੱਚ ਹਰਸਿਮਰਤ ਕੌਰ ਬਾਦਲ, ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਉਹ ਮੈਂਬਰ ਪਾਰਲੀਮੈਂਟ ਇੱਥੋਂ ਚੁਣੇ ਜਾਂਦੇ ਰਹੇ ਨੇ। ਹੁਣ ਕੁਛ ਹਾਲਾਤ ਬਦਲ ਚੁੱਕੇ ਨੇ, ਉਹਦਾ ਕਾਰਨ ਇਹੀ ਹੈ ਕਿ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਹੁਣ ਅੱਡੋ ਅੱਡ ਚੋਣ ਲੜ ਰਹੇ ਨੇ। ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਕਾਫੀ ਮਜ਼ਬੂਤ ਹੈ। ਤੁਹਾਨੂੰ ਪਤਾ ਹੀ ਹੈ ਕਿ 2022 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਸੀਗੀ ਅਤੇ ਇਸ ਚੋਣ ਖੇਤਰ ਦੇ ਵਿੱਚ ਜੇਕਰ 10 ਸੀਟਾਂ ਵਿਧਾਨ ਸਭਾ ਦੀਆਂ ਨੇ ਅਤੇ 9 ਆਮ ਆਦਮੀ ਪਾਰਟੀ ਦੇ ਕੋਲ ਨੇ, ਅਤੇ ਇੱਥੋਂ ਗੁਰਮੀਤ ਸਿੰਘ ਖੁੱਡੀਆ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਗੁਰਮੀਤ ਸਿੰਘ ਖੁੱਡੀਆ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਨੇ ਲੰਬੀ ਚੋਣ ਖੇਤਰ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਹਰਾਇਆ ਸੀਗਾ। ਇਸ ਗੱਲ ਕਰਕੇ ਇਸ ਵਾਰ ਸਭ ਤੋਂ ਜ਼ਿਆਦਾ ਚੁਣੌਤੀ ਅਕਾਲੀ ਦਲ ਦੇ ਲਈ ਬਣੀ ਹੋਈ ਹੈ ਕਿ ਉਹ ਆਪਣੇ ਗੜ੍ਹ ਨੂੰ ਬਚਾ ਸਕਣਗੇ ਕਿ ਨਹੀਂ ਬਚਾ ਸਕਣਗੇ, ਅਤੇ ਦੂਜੀ ਚੁਣੌਤੀ ਕਾਂਗਰਸ ਦੇ ਲਈ ਹੈ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਸੇ ਖੇਤਰ ਦੇ ਨਾਲ ਜੁੜੇ ਹੋਏ ਨੇ। ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਉਹ ਕਾਂਗਰਸ ਦੇ ਉਮੀਦਵਾਰ ਸੀਗੇ, ਹਰਸਿਮਰਤ ਕੌਰ ਬਾਦਲ ਨੇ ਉਹਨਾਂ ਨੂੰ ਹਰਾਇਆ ਸੀਗਾ। ਹੁਣ ਜਦੋਂ ਇਹ ਚਰਚਾ ਚੱਲ ਰਹੀ ਹੈ ਕਿ ਰਾਜਾ ਵੜਿੰਗ ਦੀ ਪਤਨੀ ਅਮ੍ਰਿਤਾ ਵੜਿੰਗ ਨੂੰ ਟਿਕਟ ਦਿੱਤੀ ਜਾ ਸਕਦੀ ਹੈ, ਤਾਂ ਇਹ ਆਪਣੇ ਆਪ ਦੇ ਵਿੱਚ ਵੀ ਰਾਜਾ ਵੜਿੰਗ ਦੇ ਲਈ ਵੱਡੀ ਚੁਣੌਤੀ ਹੈ, ਵੱਡਾ ਚੈਲੰਜ ਹੈ ਕਿ ਉਹ ਆਪਣੀ ਪਤਨੀ ਨੂੰ ਇੱਥੋਂ ਚੋਣ ਜਿਤਾ ਸਕਣਗੇ। ਅਤੇ ਇਸ ਦੇ ਨਾਲ ਨਾਲ ਜਦੋਂ ਆਪਾਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਦੇ ਹਾਂ, ਭਾਰਤੀ ਜਨਤਾ ਪਾਰਟੀ ਲਈ ਇਹ ਇਸ ਲਈ ਵੱਡੀ ਚੁਣੌਤੀ ਨਹੀਂ ਹੈ ਕਿਉਂਕਿ ਉਹ ਹਾਲੇ ਨਵੇਂ ਸਿਰੇ ਤੋਂ ਪਾਰੀ ਖੇਡ ਰਹੀ ਹੈ ਅਤੇ ਉਸ ਅਕਾਲੀ ਦਲ ਦੇ ਨਾਲ ਤੋੜ ਵਿਛੋੜਾ ਹੋਇਆ ਹੋਇਆ ਹੈ। 2022 ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਤੋਂ ਅਲੱਗ ਹੋ ਗਈ ਸੀਗੀ ਅਤੇ ਹੁਣ ਉਸ ਵੱਲੋਂ ਪੂਰੇ ਪੰਜਾਬ ਦੇ ਵਿੱਚ ਵੱਡੇ ਚਿਹਰੇ ਖੜਾਏ ਜਾ ਰਹੇ ਨੇ ਅਤੇ ਇਸ ਸਮੇਂ ਜਿਹੜੇ ਬਠਿੰਡਾ ਤੋਂ ਵੀ ਭਾਰਤੀ ਜਨਤਾ ਪਾਰਟੀ ਇਹ ਚਾਹ ਰਹੀ ਹੈ ਕਿ ਕੋਈ ਵੱਡਾ ਚਿਹਰਾ ਆ ਜਾਵੇ। ਇਸ ਸੰਬੰਧ ਵਿੱਚ ਉਸ ਵੱਲੋਂ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿੱਚੋਂ ਵੀ ਚਿਹਰਿਆਂ ਦੀ ਖੋਜ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਕੀਤਾ ਜਾ ਰਿਹਾ ਹੈ ਤਾਂ ਜੋ ਦੂਜੀਆਂ ਪਾਰਟੀਆਂ ਨੂੰ ਵੱਡੀ ਚੁਣੌਤੀ ਦਿੱਤੀ ਜਾ ਸਕੇ। ਅਤੇ ਇਸ ਗੱਲ ਕਰਕੇ ਇਸ ਹਲਕੇ ਦੇ ਵਿੱਚ ਕਾਫੀ ਜ਼ਿਆਦਾ ਕਨਫਿਊਜ਼ਨ ਵੀ ਹੈ ਅਤੇ ਲੋਕ ਵੀ ਇਹ ਦੇਖ ਰਹੇ ਨੇ ਕਿ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਨੂੰ ਖੜ੍ਹਾ ਕਰਦੀ ਹੈ। ਪਰ ਇਹ ਹੈ ਕਿ ਇੱਥੇ ਕਾਫੀ ਜ਼ਿਆਦਾ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ ਕਿਉਂਕਿ ਪਹਿਲੀ ਵਾਰ ਹੈ ਕਿ ਇੱਥੇ 4 ਵੱਡੀਆਂ ਪਾਰਟੀਆਂ ਆਪਣੇ ਉਮੀਦਵਾਰ ਲੈ ਕੇ ਆ ਰਹੀਆਂ ਨੇ ਅਤੇ ਉਸ
ਚੌਕੋਣਾ ਮੁਕਾਬਲੇ ਦੇ ਵਿੱਚ ਦੇਖਣਾ ਇਹ ਹੋਊਗਾ ਕਿ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ। ਅਤੇ ਇਸ ਸੰਬੰਧ ਵਿੱਚ ਅਸੀਂ ਅੰਕੜਿਆਂ ਸਹਿਤ 2009 ਤੋਂ ਲੈ ਕੇ ਹੁਣ ਤੱਕ ਸਿਆਸੀ ਪਾਰਟੀਆਂ ਦੀ ਕਿਹੋ ਜਿਹੀ ਕਾਰਗੁਜ਼ਾਰੀ ਰਹੀ ਹੈ, ਇਹਨਾਂ ਪਾਰਟੀਆਂ ਨੂੰ ਕਿੰਨੀ ਕਿੰਨੀਆਂ ਵੋਟਾਂ ਮਿਲਦੀਆਂ ਰਹੀਆਂ ਨੇ, ਕਿਹੜੇ ਕਿਹੜੇ ਉਮੀਦਵਾਰ ਨੂੰ ਕਿ ਇੱਥੇ ਦੇ ਲੋਕਾਂ ਨੇ ਕਿੰਨੀਆਂ ਵੋਟਾਂ ਪਾਈਆਂ, ਇਸ ਸੰਬੰਧ ਵਿੱਚ ਇੱਕ ਰਿਪੋਰਟ ਤਿਆਰ ਹੈ। ਦੇਖੋ ਇਹ ਰਿਪੋਰਟ। ਲੋਕ ਸਭਾ ਹਲਕਾ ਬਠਿੰਡਾ 3 ਜ਼ਿਲ੍ਹਿਆਂ ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਮਾਨਸਾ 'ਚ ਫੈਲਿਆ ਹੋਇਆ। ਇਸ ਵਿੱਚ 10 ਵਿਧਾਨ ਸਭਾ ਹਲਕੇ ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲ, ਗਲਬੁੱਢਲਾ ਆਉਂਦੇ ਨੇ ਅਤੇ ਇਹਨਾਂ 10 ਚੋਂ 9 ਤੇ ਆਮ ਆਦਮੀ ਪਾਰਟੀ ਕਾਬਜ਼ ਹੈ, ਜਦੋਂ ਕਿ ਇੱਕ ਉੱਤੇ ਕਾਂਗਰਸ ਦੇ ਵਿਧਾਇਕ ਨੇ। ਬਠਿੰਡਾ ਲੋਕ ਸਭਾ ਹਲਕੇ ਉੱਤੇ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਦਬਦਬਾ ਰਿਹਾ। ਪਿਛਲੇ 3 ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਲਗਾਤਾਰ ਜਿੱਤਦੇ ਆ ਰਹੇ ਨੇ ਅਤੇ ਇਸ ਵਾਰ ਹਾਲਾਤ ਕੁਝ ਹੋਰ। ਅਕਾਲੀ ਦਲ ਸੱਤਾ 'ਚ ਨਹੀਂ ਹੈ ਅਤੇ ਪਹਿਲਾ ਮੁਕਾਬਲਾ ਇਸ ਵਾਰ ਜ਼ਿਆਦਾ ਚੁਣੌਤੀਆਂ ਨੇ। ਭਾਰਤੀ ਜਨਤਾ ਪਾਰਟੀ ਨਾਲ ਉਹ ਤੋੜ ਵਿਛੋੜਾ ਹੋ ਗਿਆ। ਅਕਾਲੀ ਦਲ ਦੇ ਕੁਝ ਪ੍ਰਮੁੱਖ ਆਗੂਆਂ ਨੇ ਭਾਜਪਾ ਦਾ ਰੁਖ ਕੀਤਾ ਹੋਇਆ। ਆਮ ਆਦਮੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁੱਡੀਆਂ ਨੂੰ ਟਿਕਟ ਦਿੱਤੀ ਗਈ ਹੈ। ਖੁੱਡੀਆਂ ਨੇ ਵਿਧਾਨ ਸਭਾ ਚੋਣਾਂ 2022 'ਚ ਬਾਦਲਾਂ ਦੇ ਗੜ੍ਹ ਮੰਨੇ ਜਾਂਦੇ ਹਲਕਾ ਲੰਬੀ ਤੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਇਆ ਸੀ। ਸੱਤਾਧਾਰੀ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਭਾਵੇਂ ਹੁਣ ਧੜੱਲੇਦਾਰ ਆਗੂ ਮੰਨੇ ਜਾ ਰਹੇ ਨੇ, ਪਰ ਹੁਣ ਨਾ ਤਾਂ ਪਹਿਲਾਂ ਵਰਗੀ ਆਪ ਦੀ ਹਵਾ ਅਤੇ ਸਾਰੇ ਵਿਧਾਇਕ ਵੀ ਉਹਨਾਂ ਦੇ ਨਾਲ ਨਹੀਂ ਤੁਰ ਰਹੇ। ਇਸ ਲਈ ਆਮ ਆਦਮੀ ਪਾਰਟੀ ਲਈ ਵੀ ਹੁਣ ਬਹੁਤ ਸਾਰੀਆਂ ਚੁਣੌਤੀਆਂ ਨੇ, ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਦਾਅਵਾ ਹੈ ਕਿ ਉਹਨਾਂ ਦਾ ਮਿਸ਼ਨ 013। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਇਸ ਹਲਕੇ ਤੋਂ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਨੂੰ ਚੋਣ ਲੜਾਉਣਾ ਚਾਹ ਰਹੇ ਨੇ। ਉਂਝ ਇੱਥੋਂ ਕਾਂਗਰਸ ਦੀ ਟਿਕਟ ਹਾਸਲ ਕਰਨ ਲਈ ਕਈ ਹੋਰ ਵੀ ਚਾਹਵਾਨ ਨੇ। ਵੜਿੰਗ ਪਰਿਵਾਰ ਦਾ ਇਸ ਖਿੱਤੇ ਚੰਗਾ ਪ੍ਰਭਾਵ ਹੈ। ਪਿਛਲੀਆਂ ਚੋਣਾਂ ਵਿੱਚ ਅੰਮ੍ਰਿਤਾ ਵੜਿੰਗ ਆਪਣੇ ਪ੍ਰਚਾਰ ਕਰਨ ਦੀ ਸ਼ੈਲੀ ਕਾਰਨ ਕਾਫੀ ਚਰਚਾ 'ਚ ਰਹੇ ਸਨ ਅਤੇ ਸਿਆਸੀ ਖੇਤਰਾਂ 'ਚ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਦਾ ਨਾਮ ਵੀ ਹੈ। ਗੱਲ ਕਰ ਰਹੇ ਹਾਂ ਭਾਰਤੀ ਜਨਤਾ ਪਾਰਟੀ ਦੀ, ਤਾਂ ਪਾਰਟੀ ਵੱਲੋਂ ਵੀ ਚਿਹਰੇ ਦੀ ਤਲਾਸ਼ ਹੈ। ਇਸ ਪਾਰਟੀ ਦਾ ਇਸ ਇਲਾਕੇ ਦਾ ਸਭ ਤੋਂ ਵੱਡਾ ਲੀਡਰ ਮਨਪ੍ਰੀਤ ਸਿੰਘ ਬਾਦਲ ਇਸ ਸਮੇਂ ਦਿੱਲੀ ਦੇ ਓਪਰੇਸ਼ਨ ਦੇ ਕਾਰਨ ਚੋਣ ਲੜਨ ਤੋਂ ਅਸਮਰਥ ਨੇ। ਇਸ ਲਈ ਭਾਜਪਾ ਅਕਾਲੀ ਦਲ ਵਿੱਚੋਂ ਕਿਸੇ ਵੱਡੇ ਚਿਹਰੇ ਨੂੰ ਤਲਾਸ਼ ਰਹੀ। ਲੋਕ ਸਭਾ 2009 ਦੀਆਂ ਚੋਣਾਂ 'ਚ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਨਿਕਟ ਵਿਰੋਧੀ ਕਾਂਗਰਸ ਉਮੀਦਵਾਰ ਰਾਣਿੰਦਰ ਸਿੰਘ ਨੂੰ ਹਰਾਇਆ ਸੀ। ਰਾਣਿੰਦਰ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਬੇਟੇ ਨੇ। ਹਰਸਿਮਰਤ ਕੌਰ ਬਾਦਲ ਨੂੰ 5,29,472 ਵੋਟਾਂ ਪਈਆਂ ਸਨ, ਜਦੋਂ ਕਿ ਰਾਣਿੰਦਰ ਸਿੰਘ ਨੂੰ 4,08,524 ਵੋਟਾਂ ਮਿਲੀਆਂ ਸਨ। 2014 ਦੀ ਵੋਟਾਂ ਵਿੱਚ ਇੱਕ ਵਾਰ ਫਿਰ ਅਕਾਲੀ ਦਲ ਦੀ ਝੰਡੀ ਰਹੀ। ਹਰਸਿਮਰਤ ਕੌਰ ਬਾਦਲ ਨੇ ਆਪਣੇ ਹੀ ਨਜ਼ਦੀਕੀ ਰਿਸ਼ਤੇਦਾਰ ਅਤੇ ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਸੀ ਅਤੇ ਇਹਨਾਂ ਚੋਣਾਂ 'ਚ 5,14,727 ਵੋਟਾਂ ਮਿਲੀਆਂ ਸਨ ਅਤੇ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਵੀ ਹਿੱਸਾ ਲਿਆ, ਪਰ ਉਸਦੇ ਉਮੀਦਵਾਰ ਜਸਰਾਜ ਸਿੰਘ ਨੂੰ ਤਕਰੀਬਨ 88,000 ਵੋਟਾਂ ਮਿਲੀਆਂ। ਸਾਲ 2019 ਦੀਆਂ ਚੋਣਾਂ ਅਕਾਲੀ ਦਲ ਦੀ ਵੱਡੀ ਚੁਣੌਤੀ ਸਨ, ਪਰ ਫਿਰ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਜੇਤੂ ਰਹੇ। ਉਹਨਾਂ ਨੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਨੂੰ ਹਰਾਇਆ। ਬਾਦਲ ਨੂੰ 4,90,008 ਵੋਟਾਂ ਮਿਲੀਆਂ, ਜਦੋਂ ਕਿ ਰਾਜਾ ਵੜਿੰਗ ਨੂੰ 4,69,412 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੀ ਬਲਜਿੰਦਰ ਕੌਰ ਨੂੰ 1,34,000 ਵੋਟਾਂ ਹੀ ਪਈਆਂ। ਹਰਸਿਮਰਤ ਬਾਦਲ ਨੂੰ ਚੁਣੌਤੀ ਦੇਣ ਲਈ ਸੁਖਪਾਲ ਸਿੰਘ ਖਹਿਰਾ ਵੀ ਚੋਣ ਲੜੇ ਸਨ, ਪਰ ਉਹਨਾਂ ਨੂੰ 38,000 ਵੋਟਾਂ ਨਾਲ ਹੀ ਸੰਤੁਸ਼ਟ ਹੋਣਾ ਪਿਆ ਅਤੇ ਹੁਣ ਹਾਲਾਤ ਬਿਲਕੁਲ ਵੱਖਰੇ ਨੇ। ਦੇਖਦੇ ਹਾਂ ਕਿ ਊਠ ਕਿਸ ਕਰਵਟ ਬੈਠਦਾ। ਇਸ ਸੰਬੰਧ ਵਿੱਚ ਅਸੀਂ ਆਪਣੇ ਸਟਾਫ ਰਿਪੋਰਟਰ ਜਗਸੀਰ ਸਿੰਘ ਭੁੱਲਰ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਤੋਂ ਅਸੀਂ ਜਾਣਨਾ ਚਾਹਿਆ ਕਿ ਇੱਥੋਂ ਦੇ ਲੋਕ ਕਿਸ ਤਰੀਕੇ ਦੇ ਨਾਲ ਵਿਚਰ ਰਹੇ ਨੇ, ਉਹਨਾਂ ਦੇ ਵਿੱਚ ਕਿਹੋ ਜਿਹਾ ਇਤਸ਼ਾਹ ਹੈ ਅਤੇ ਉਹ ਕਿਹੜੀ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਹੈਗੇ ਅਤੇ ਕਿਹੜੀ ਪਾਰਟੀ ਦੀ ਕਿਹੋ ਜਿਹੀ ਪੁਜੀਸ਼ਨ ਹੈ ਅਤੇ ਉਹ
ਮੁਲਾਕਾਤ ਹੈ, ਜ਼ਰਾ ਸੁਣੋ। ਸਾਡੇ ਨਾਲ ਹੁਣ ਜਗਸੀਰ ਸਿੰਘ ਭੁੱਲਰ ਬਠਿੰਡਾ ਤੋਂ ਜੁੜੇ ਹੋਏ ਨੇ। ਆਪਾਂ ਬਠਿੰਡੇ ਦਾ ਹਾਲ ਉਹਨਾਂ ਤੋਂ ਪੁੱਛਦੇ ਹਾਂ। ਜਗਸੀਰ ਭੁੱਲਰ ਜੀ, ਜੀ ਜੀ ਜੀ, ਸਿਆਸੀ ਊਠ ਕਿੱਧਰ ਨੂੰ ਕਰਵਟ ਲਊਗਾ? ਜੀ ਬਿਲਕੁਲ, ਜੇ ਮੈਂ 2024 ਦੀਆਂ ਲੋਕ ਸਭਾ ਸੀਟ ਬਠਿੰਡਾ ਦੀ ਗੱਲ ਕਰਾਂ, ਇੱਥੋਂ ਹਜੇ ਸਿਆਸੀ ਪੱਤੇ ਸਿਰਫ ਇੱਕ ਪਾਰਟੀ ਨੇ ਖੋਲ੍ਹਿਆ, ਆਮ ਆਦਮੀ ਪਾਰਟੀ ਮੰਤਰੀ ਅਤੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਜੀ। ਜੀ ਅਕਾਲੀ ਦਲ ਦੀਆਂ ਕਿਸ ਤਰ੍ਹਾਂ ਸਰਗਰਮੀਆਂ ਚੱਲ ਰਹੀਆਂ ਨੇ, ਕਿਉਂਕਿ ਅਕਾਲੀ ਦਲ ਪਿਛਲੇ 20 ਸਾਲਾਂ ਤੋਂ ਇੱਥੋਂ ਚੋਣ ਜਿੱਤਦਾ ਆ ਰਿਹਾ ਹੈ? ਜੀ ਬਿਲਕੁਲ, ਅਕਾਲੀ ਦਲ ਇੱਥੋਂ 20 ਸਾਲਾਂ ਤੋਂ ਚੋਣ ਜਿੱਤਦਾ ਜਾ ਰਿਹਾ, ਪਰ ਜੇ ਹੁਣ ਦੀ ਗੱਲ ਕਰੀ ਜਾਵੇ, ਅਕਾਲੀ ਦਲ ਦੇ ਦੋ ਚਿਹਰੇ ਸੀ ਜੋ ਇੱਥੋਂ ਵਿਧਾਨ ਸਭਾ ਹਲਕਾ ਬਠਿੰਡਾ ਤੋਂ ਸਰੂਪ ਚੰਦ ਸਿੰਗਲਾ ਅਤੇ ਤਲਵੰਡੀ ਸਾਬੋ ਹਲਕੇ ਤੋਂ ਜੀਤਮਿੰਦਰ ਸਿੱਧੂ, ਜੋ ਜੀਤਮਿੰਦਰ ਸਿੱਧੂ ਕਾਂਗਰਸ ਚਲੇ ਗਏ, ਜੋ ਸਰੂਪ ਚੰਦ ਸਿੰਗਲਾ ਸੀ ਭਾਜਪਾ ਚਲੇ ਗਏ। ਪਰ ਜੇ ਹੁਣ ਜਿਹੜੀਆਂ ਸਿਆਸੀ ਸਰਗਰਮੀਆਂ ਚੱਲ ਰਹੀਆਂ, ਉਧਰੋਂ ਇੱਥੇ ਵਿਧਾਨ ਸਭਾ ਹਲਕਾ ਮੋਹਰ ਤੋਂ ਸਿਕੰਦਰ ਸਿੰਘ ਮਲੂਕਾ ਦੇਖ ਰਹੇ ਸੀ, ਜੋ ਖਾਲੀ ਪਿਆ ਸੀ ਇਹਨਾਂ ਦਾ, ਬਠਿੰਡਾ ਦੇ ਅਤੀ ਅਕਾਲੀ ਦਲ ਦਾ ਖਾਲੀ ਪਿਆ, ਜੋ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਸੀ ਪਰਮਪਾਲ ਕੌਰ ਅਤੇ ਗੁਰਪ੍ਰੀਤ ਮਲੂਕਾ ਜੀ ਚੇਅਰਮੈਨ ਸੀ, ਉਹ ਅੱਜ ਸ਼ਾਇਦ ਭਾਜਪਾ ਨੂੰ ਜੁਆਇਨ ਕਰ ਸਕਦੇ ਨੇ ਜੀ। ਜੇਕਰ ਉਹ ਜੁਆਇਨ ਕਰ ਗਏ ਤਾਂ ਉਸ ਦੇ ਨਾਲ ਅਕਾਲੀ ਦਲ ਨੂੰ ਕਿੰਨਾ ਕੁ ਨੁਕਸਾਨ ਹੋ ਸਕਦਾ ਹੈ? ਜੀ ਬਹੁਤ ਵੱਡਾ, ਕਿਉਂਕਿ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਮੋੜ ਚ ਕੋਈ ਹਲਕਾ ਇੰਚਾਰਜ ਨਹੀਂ ਸਿਕੰਦਰ ਸਿੰਘ ਮਲੂਕਾ ਸੀ, ਬਹੁਤ ਵੱਡਾ ਪ੍ਰਭਾਵਿਤ ਹੋ ਸਕਦਾ ਅਕਾਲੀ ਦਲ ਜੀ। ਠੀਕ ਹੈ, ਇਹ ਆਪਣੇ ਆਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਅਕਾਲੀ ਦਲ ਨੂੰ ਬਹੁਤ ਵੱਡੀ ਚੁਣੌਤੀ ਹੈ। ਜੀ ਬਿਲਕੁਲ, ਬਹੁਤ ਵੱਡੀ ਚੁਣੌਤੀ ਹੈ ਅਕਾਲੀ ਦਲ ਨੂੰ, ਜੇ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਅੱਜ ਕੱਲ ਨੂੰ ਬੀਜੇਪੀ ਜੁਆਇਨ ਕਰਦਾ, ਪਰ ਉਧਰੋਂ ਤਲਵੰਡੀ ਸਾਬੋ ਹਲਕੇ ਤੋਂ ਵੀ ਅਕਾਲੀ ਦਲ ਦਾ ਹਜੇ ਕੋਈ ਹਲਕਾ ਇੰਚਾਰਜ ਲੱਗਣ ਨੂੰ ਤਿਆਰ ਨਹੀਂ ਹੋ ਰਿਹਾ। ਭੁੱਲਰ ਸਾਹਿਬ, ਇੱਕ ਹੋਰ ਵੀ ਗੱਲ ਹੈ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕਰ ਰਹੇ ਹੋ ਕਿ ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਲੀਡਰ ਨੇ ਭਾਰਤੀ ਜਨਤਾ ਪਾਰਟੀ ਵੀ ਜਾ ਰਹੇ ਨੇ, ਅਤੇ ਲੰਬੀ ਜਿਹੜਾ ਚੋਣ ਖੇਤਰ ਹੈ ਜਿੱਥੋਂ ਗੁਰਮੀਤ ਸਿੰਘ ਖੁੱਡੀਆਂ ਜਿੱਤੇ ਸੀਗੇ ਅਤੇ ਖਾਸ ਤੌਰ 'ਤੇ ਇਹ ਬਾਦਲ ਸਾਹਿਬ ਦਾ ਤਾਂ ਗੜ੍ਹ ਸਮਝਿਆ ਜਾਂਦਾ ਸੀਗਾ, ਅਤੇ ਉੱਥੇ ਵੀ ਤਾਂ ਹੁਣ ਖੋਰਾ ਲੱਗ ਸਕਦਾ? ਜੀ ਬਿਲਕੁਲ, ਜੋ ਲੰਬੀ ਵਿਧਾਨ ਸਭਾ ਖੇਤਰ ਹੈ ਜਿੱਥੋਂ ਬਾਦਲ ਸਾਹਿਬ ਦੇਖਦੇ ਸੀ ਸਾਰਾ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਰਿਹਾ, ਪਰ ਹੁਣ ਆਈ ਸੀ ਗੁਰਮੀਤ ਸਿੰਘ ਖੁੱਡੀਆਂ ਨੂੰ ਜਿੱਤ ਪ੍ਰਾਪਤ ਹੋਈ, ਬਿਲਕੁਲ ਖੋਰਾ ਵੀ ਲੱਗ ਸਕਦਾ ਅਕਾਲੀ ਦਲ ਨੂੰ ਜੀ। ਠੀਕ ਹੈ, ਮੈਨੂੰ ਇਹ ਦੱਸੋ ਵੀ ਜਿਸ ਤਰੀਕੇ ਦੇ ਨਾਲ ਅੱਜ ਇਹ ਸੀਟ ਖਾਸ ਤੌਰ 'ਤੇ ਅਕਾਲੀ ਦਲ ਦੀ ਚੁਣੌਤੀ ਬਣੀ ਹੋਈ ਹੈ, ਦੂਜੇ ਪਾਸੇ ਰਾਜਾ ਵੜਿੰਗ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਲਈ ਇਹ ਕਿੱਡਾ ਚੈਲੇਂਜ ਹੈ? ਜੀ ਬਿਲਕੁਲ, ਜੋ ਰਾਜਾ ਵੜਿੰਗ ਨੇ ਜਿਹੜੀਆਂ ਪਿਛਲੇ ਜੋਰ ਤੇ ਚਰਚਾਵਾਂ ਚੱਲਦੀਆਂ, ਜੀਤਮਿੰਦਰ ਸਿੱਧੂ ਦਾ ਨਾਂ ਆਉਂਦਾ ਸੀ ਕਾਂਗਰਸ ਵੱਲੋਂ, ਜਿਤੇਂਦਰ ਮੋਖਰ ਦਾ ਨਾਂ ਆਉਂਦਾ ਸੀ, ਤੇ ਉਦੋਂ ਬਾਅਦ ਜੋ ਪਾਰਟੀ ਰਾਜਾ ਵੜਿੰਗ ਦੇ ਘਰਵਾਲੀ ਨੂੰ ਖੜਾ ਕਰਨਾ, ਰਾਜਾ ਵੜਿੰਗ ਦੇ ਘਰਵਾਲੀ ਨੂੰ ਖੜਾ ਕਰਨਾ ਚਾਹੁੰਦੀ, ਪਰ ਕਾਂਗਰਸ ਪਾਰਟੀ ਹੈ ਜੋ ਰਾਜਾ ਵੜਿੰਗ ਨੂੰ ਚੋਣ ਲੜਾਉਣਾ ਚਾਹੁੰਦੀ ਸੀ, ਪਰ ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਕਿਹਨੂੰ ਸੀਟ ਮਿਲਦੀ ਹੈ ਜੀ। ਤੇ ਵੈਸੇ ਜ਼ਿਆਦਾ ਸੰਭਾਵਨਾ ਕਿਸਦੀ ਹੈ? ਜੀ ਬਿਲਕੁਲ, ਹਜੇ ਦੇਖੋ ਰਾਜਾ ਵੜਿੰਗ ਦੀਆਂ ਘਰਵਾਲੀ ਦੀਆਂ ਜੋ ਜ਼ਿਆਦਾ ਚਰਚਾਵਾਂ ਚੱਲ ਰਹੀਆਂ ਨੇ ਲੋਕ ਸਭਾ ਹਲਕਾ ਬਠਿੰਡਾ 'ਚ। ਠੀਕ ਹੈ, ਫਿਰ ਜੇਕਰ ਕਾਂਗਰਸ ਤੋਂ ਬਾਅਦ ਜੇਕਰ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਹਾਂ, ਤੇ ਤੁਸੀਂ ਪਹਿਲਾਂ ਹੀ ਗੱਲ ਕੀਤੀ ਹੈ ਕਿ ਸਿਰਫ ਤੇ ਸਿਰਫ ਹਾਲੇ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਉਤਾਰਿਆ, ਤੇ ਜਿਹੜੇ ਖੁੱਡੀਆਂ ਨੇ ਉਹਨਾਂ ਦੇ ਨਾਲ ਇਹ ਜਿਸ ਸਾਰੇ ਵਿਧਾਇਕ ਤੁਰ ਰਹੇ ਨੇ? ਜੀ ਬਿਲਕੁਲ, ਜੋ ਗੁਰਮੀਤ ਸਿੰਘ ਖੁੱਡੀਆਂ ਨੇ ਉਹਦੇ ਨਾਲ ਵਿਧਾਇਕ ਤੁਰ ਰਹੇ ਨੇ, ਪਰ ਜੇ ਤੁਹਾਨੂੰ ਗੱਲ ਕਰੀਏ ਪਿਛਲੇ ਦਿਨ ਬਠਿੰਡਾ ਦੇ ਅਤੀ ਤੋਂ ਅਮਿਤ ਰਤਨ ਜੋ ਆਮ ਆਦਮੀ ਪਾਰਟੀ ਦੇ ਐਮਐਲਏ ਸੀ, ਉਹਨਾਂ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਦਾ, ਦੂਜਾ ਮਾਨਸਾ ਤੋਂ ਜੋ ਐਮਐਲਏ ਸੀ ਸਿੰਗਲਾ ਸਾਹਿਬ, ਉਹਨਾਂ ਤੇ ਭ੍ਰਿਸ਼ਟਾਚਾਰ ਦਾ, ਉਹਨਾਂ ਨੂੰ ਸਾਈਲੈਂਟ ਕੀਤਾ ਹੋਇਆ ਪਾਰਟੀ ਨੇ, ਪਾਰਟੀ ਨੇ ਸਾਈਲੈਂਟ ਕੀਤਾ ਕਿ ਉਹ ਆਪ ਸਾਈਲੈਂਟ ਹੋਏ ਨੇ?
ਨਹੀਂ ਬਿਲਕੁਲ ਪਾਰਟੀ ਨੇ ਸਾਈਲੈਂਟ ਕੀਤਾ, ਜੋ ਭਰੋਸੇ ਜੋ ਸੂਤਰਾਂ ਤੋਂ ਪਤਾ ਲੱਗਿਆ ਵੀ ਪਾਰਟੀ ਨੇ ਘਰੇ ਬਹਾਇਆ ਹੋਇਆ ਉਹਨਾਂ ਨੂੰ। ਠੀਕ ਹੈ, ਜੇਕਰ ਕਾਂਗਰਸ ਦੀ ਤਾਂ ਜੇ ਫਿਰ ਦੁਬਾਰਾ ਆਪਾਂ ਕਾਂਗਰਸ ਦੀ ਗੱਲ ਕਰੀਏ ਤੇ ਚਰਚਾ ਤਾਂ ਬਲਕੌਰ ਸਿੰਘ ਸਿੱਧੂ ਦੀ ਵੀ ਚੱਲੀ ਸੀ। ਜੀ ਬਿਲਕੁਲ, ਜਿਵੇਂ ਸੈਲੀਬ੍ਰੇਸ਼ਨ ਕਿਹੜਾ ਸੀ ਸਿੱਧੂ ਮੂਸੇ ਵਾਲਾ, ਉਦੋਂ ਬਾਅਦ ਬਲਕੌਰ ਸਿੰਘ ਸਿੱਧੂ ਦੀ ਬਿਲਕੁਲ ਚਰਚਾ ਸੀ ਵੀ ਕਾਂਗਰਸ ਵੱਲੋਂ ਚੋਣ ਲੜਨੇ, ਪਰ ਮੈਨੂੰ ਲੱਗਦਾ ਨਹੀਂ ਉਹ ਕਾਂਗਰਸ ਪਾਰਟੀ ਵੱਲੋਂ ਚੋਣ ਲੜਨ ਨੇ, ਪਰ ਉਹ ਜਦ ਵੀ ਉਮੀਦਵਾਰ ਹੋ ਸਕਦੇ ਨੇ ਇੱਥੋਂ। ਜੇਕਰ ਉਹ ਆਜ਼ਾਦ ਉਮੀਦਵਾਰ ਬਣਦੇ ਨੇ ਤਾਂ ਉਹ ਕਿਹੜੀ ਪਾਰਟੀ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਆ? ਜੀ ਬਿਲਕੁਲ, ਜਿਵੇਂ ਯੂਥ ਵੋਟ ਆ, ਜਿਵੇਂ ਆਮ ਆਦਮੀ ਪਾਰਟੀ ਪਿਛਲੇ ਸਾਲ ਸਾਰੇ ਹਲਕਿਆਂ ਤੋਂ ਜਿੱਤਦੀ ਆ, ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਸੀ ਵਿਧਾਨ ਸਭਾ ਹਲਕੇ ਜਿੰਨੇ ਪੈਂਦੇ ਆ ਲੋਕ ਸਭਾ ਸੀਟ ਬਠਿੰਡਾ ਦੇ ਵਿੱਚ, ਪਰ ਯੂਥ ਵੋਟ ਦੇਖੋ ਕਿੱਧਰ ਨੂੰ ਉਲਟ ਹੁੰਦੀ ਆ ਜੀ। ਤੇ ਜਿਸ ਤਰੀਕੇ ਦਾ ਬਲਕੌਰ ਸਿੰਘ ਦਾ ਨਾਮ ਵੀ ਲਿਆ ਜਾ ਰਿਹਾ ਤੇ ਖੁਦ ਜਿਹੜੇ ਬਲਕੌਰ ਸਿੰਘ ਵੀ ਚਾਹ ਰਹੇ ਨੇ ਵੀ ਅਸੀਂ ਇੱਥੋਂ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਜਾਈਏ? ਨਹੀਂ ਬਿਲਕੁਲ, ਬਲਕੌਰ ਸਿੰਘ ਨਹੀਂ ਚਾਹ ਰਹੇ, ਬਲਕੌਰ ਸਿੰਘ ਕੋਈ ਮੀਡੀਆ ਦੇ ਸਾਹਮਣੇ ਉਹਨਾਂ ਦਾ ਬਿਆਨ ਨਹੀਂ ਆਇਆ ਵੀ ਮੈਂ ਜ਼ਿਆਦਾ ਲੜਾਂ, ਪਰ ਜਿਹੜੀਆਂ ਚਰਚਾਵਾਂ ਸੀ ਉਹ ਜ਼ੋਰਾਂ ਤੇ ਸੀ ਜੀ। ਤੇ ਮੈਨੂੰ ਇੱਕ ਹੋਰ ਵੀ ਗੱਲ ਦੱਸਿਓ ਵੀ ਇਹ ਪਹਿਲੀ ਵਾਰ ਹੋਇਆ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਅਲੱਗ ਅਲੱਗ ਤੌਰ ਤੇ ਚੋਣ ਲੜ ਰਹੇ ਨੇ, ਤੇ ਹੁਣ ਜਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ, ਕੀ ਭਾਰਤੀ ਜਨਤਾ ਪਾਰਟੀ ਨੂੰ ਕੋਈ ਵੱਡਾ ਚਿਹਰਾ ਮਿਲ ਨਹੀਂ ਰਿਹਾ ਹੈਗਾ? ਨਹੀਂ ਬਿਲਕੁਲ, ਭਾਰਤੀ ਜਨਤਾ ਪਾਰਟੀ ਕੋਲ ਦੋ ਚਿਹਰੇ ਸੀ ਬਠਿੰਡਾ ਲੋਕ ਸਭਾ ਹਲਕਾ ਵਿੱਚ, ਸਰੂਪ ਚੰਦ ਸਿੰਗਲਾ ਸੀ, ਦੂਜਾ ਜਗਦੀਪ ਸਿੰਘ ਨਖਈ ਸੀ, ਪਰ ਹੁਣ ਜਿੱਦਾਂ ਦੀਆਂ ਮਲੂਕੇ ਪਰਿਵਾਰ ਦੀਆਂ ਚਰਚਾਵਾਂ ਜ਼ੋਰਾਂ ਤੇ ਹੋਈਆਂ ਵੀ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਰਹੀ ਹੈ, ਦੇਖੋ ਪਰ ਬਲ ਕਿਸ ਨੂੰ ਉਤਾਰਦੀ ਹੈ, ਜਗਦੀਪ ਸਿੰਘ ਨਖਈ ਨੂੰ ਉਤਾਰਦੀ ਹੈ, ਸਰੂਪ ਚੰਦ ਸਿੰਗਲੇ ਨੂੰ ਉਤਾਰਦੀ ਹੈ, ਜਾਂ ਮਲੂਕਾ ਪਰਿਵਾਰ ਨੂੰ ਉਤਾਰਦੀ ਹੈ ਚੋਣ ਮੈਦਾਨ 'ਚ? ਤੇ ਵੈਸੇ ਹੀ ਇੱਕ ਗੱਲ ਇਹ ਹੈ ਕਿ ਜਿਹੜੇ ਇੱਥੇ ਬਠਿੰਡਾ ਦੇ ਲੋਕ ਨੇ ਉਹ ਬੜੇ ਸਾਇਲੈਂਟ ਬੈਠੇ ਨੇ, ਤੇ ਉਹਨਾਂ ਦੀ ਪ੍ਰਤੀਕਿਰਿਆ ਕੀ ਹੈ ਵੈਸੇ? ਨਹੀਂ, ਜੋ ਬਠਿੰਡਾ ਦੇ ਲੋਕ ਨੇ, ਇੱਥੇ ਬਠਿੰਡਾ ਜੋ ਗੜ ਮੰਨਿਆ ਜਾਂਦਾ ਕਿਸਾਨ ਜਥੇਬੰਦੀਆਂ ਦਾ, ਕਿਸਾਨ ਜਥੇਬੰਦੀਆਂ ਨੇ ਪਿਛਲੇ ਦਿਨਾਂ 'ਚ ਸੰਯੁਕਤ ਮੋਰਚੇ ਨੇ ਐਲਾਨ ਕੀਤਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰਨ ਦਾ, ਹੁਣ ਦੇਖੋ ਬਿਲਕੁਲ ਸਾਇਲੈਂਟ ਨੇ, ਵਰਕਰ ਕਿੱਧਰ ਨੂੰ ਜਾ ਰਹੇ ਆ, ਪਰ ਜੇ ਦੂਜੇ ਪਾਸੇ ਗੱਲ ਕਰੀ ਜਾਵੇ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਜਾਂਦੀ ਹੈ, ਜੋ ਅਕਾਲੀ ਦਲ ਦਾ ਕੇਡਰ ਉਹ ਨਾਲ ਤੁਰਦਾ ਨਜ਼ਰ ਆ ਰਿਹਾ। ਠੀਕ ਹੈ, ਇਹਦੇ ਨਾਲ ਨਾਲ ਇੱਕ ਹੋਰ ਵੀ ਦੱਸੋ ਕਿ ਬਠਿੰਡਾ ਇਲਾਕੇ ਦੇ ਲੋਕਾਂ ਦੀਆਂ ਖਾਸ ਖਾਸ ਮੰਗਾਂ ਕਿਹੜੀ ਕਿਹੜੀ ਨੇ? ਜੀ ਬਿਲਕੁਲ, ਜੇ ਪਿਛਲੀ ਗੱਲ ਕਰੀਏ, ਜਿਵੇਂ ਬਾਦਲ ਪਰਿਵਾਰ ਦਾਅਵਾ ਕਰਦਾ ਸੀ ਐਵੇਂ ਜਿਹਾ ਹੋਸਪਿਟਲ ਲੈ ਕੇ ਆਏ, ਸੜਕਾਂ ਲੈ ਕੇ ਆਏ, ਯੂਨੀਵਰਸਿਟੀ ਲੈ ਕੇ ਆਏ, ਪਰ ਦੂਜੇ ਪਾਸੇ ਕਈ ਵਿਧਾਨ ਸਭਾ ਹਲਕਾ ਬਠਿੰਡਾ 'ਚ ਇੱਕ ਪਿੰਡ ਪੈਂਦਾ ਰਾਮਗੜ੍ਹ ਭੁੰਦਰ, ਉੱਥੇ ਹੁਣ ਪਾਰਟੀ ਨੇ ਲੋਕਾਂ ਨੇ ਸਾਰੀਆਂ ਪਾਰਟੀਆਂ ਨੇ ਬਾਈਕਾਟ ਕਰ ਦਿੱਤਾ ਵੀ ਕਿਸੇ ਨੂੰ ਪਿੰਡ 'ਚ ਐਂਟਰੀ ਨਹੀਂ ਦੇਣੀ ਦਿੱਤੀ ਜਾਵੇਗੀ ਜੀ। ਤੇ ਉਂਝ ਇਹ ਆ ਵੀ ਹੁਣ ਤੱਕ ਅਕਾਲੀ ਦਲ ਬਾਦਲ ਦੇ ਹੀ ਉਮੀਦਵਾਰ ਇੱਥੋਂ ਜਿੱਤਦੇ ਰਹੇ ਨੇ, ਕਿ ਉਹਨਾਂ ਨੇ ਕੋਈ ਖਾਸ ਵਿਕਾਸ ਦੇ ਕੰਮ ਕੀਤੇ ਇੱਥੇ? ਜੀ ਬਿਲਕੁਲ, ਜੇ ਅਕਾਲੀ ਦਲ ਬਾਦਲ ਦੀ ਗੱਲ ਕਰੀਏ, ਜਿਵੇਂ ਹਰ ਸਿੰਘ ਤੋਂ ਬਾਦਲ 'ਚ ਦਾਅਵਾ ਕਰਦੀ ਹੈ ਮੈਨੂੰ ਇੱਥੇ ਏਮਜ ਹੋਸਪਿਟਲ ਲੈ ਕੇ ਆਈ, ਥਰਮਲ ਲੈ ਕੇ ਆਈ, ਤੇ ਹੁਣ ਦੇਖੋ ਉਹਨਾਂ ਦੇ ਨਾਲ ਕਿੱਧਰ ਨੂੰ ਜਾਂਦੇ ਆ ਸਿਆਸੀ ਸਮੀਕਰਨ। ਠੀਕ ਹੈ, ਤੇ ਪਿਛਲੇ ਸਮੇਂ ਦੌਰਾਨ ਇੱਥੇ ਕਾਂਗਰਸ ਜਿਹੜੀ ਸੀਗੀ ਸੱਤਾ ਦੇ ਵਿੱਚ ਸੀਗੀ, ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਬਸ ਚਰਨਜੀਤ ਸਿੰਘ ਚੰਨੀ ਬਣੇ, ਤੇ ਉਹਨਾਂ ਦੇ ਕਾਰਜਕਾਲ ਦੇ ਵਿੱਚ ਬਠਿੰਡੇ ਹਲਕੇ ਦੇ ਵਿੱਚ ਕੋਈ ਖਾਸ ਵਿਕਾਸ ਦਾ ਕੰਮ ਜਿਸ ਨੂੰ ਮੀਲ ਪੱਥਰ ਕਿਹਾ ਜਾ ਸਕਦਾ ਹੋਵੇ? ਸਿਰਫ ਜੋ ਕਾਂਗਰਸ ਵੇਲੇ ਤੇ ਸਿਰਫ ਮੀਲ ਪੱਥਰ ਹੀ ਰਹਿ ਗਏ ਸੀ, ਕੋਈ ਪ੍ਰੋਜੈਕਟ ਨਹੀਂ ਆਇਆ ਸੀ ਬਠਿੰਡੇ ਨੂੰ, ਖਾਸ ਕੋਈ ਪ੍ਰੋਜੈਕਟ ਨਹੀਂ ਦਿੱਤਾ ਸੀ ਕਾਂਗਰਸ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਲਾ ਦੀਏ, ਚਰਨਜੀਤ ਚੰਨੀ ਲਾ ਦੀਏ, ਮਜ਼ਾਕ ਕਰੋ ਚਰਨਜੀਤ ਚੰਨੀ ਦਾ ਵੀ, ਇਹ ਤਾਂ ਸਿਰਫ ਬੱਕਰੀਆਂ ਦੀਆਂ ਧਾਰਾਂ ਕੱਢਣ ਜਾਂਦੇ ਨੇ। ਠੀਕ ਹੈ, ਤੇ ਹੁਣ ਜਿਵੇਂ ਆਮ ਆਦਮੀ ਪਾਰਟੀ ਹੈ, ਆਮ ਆਦਮੀ ਪਾਰਟੀ ਨੇ ਕੋਈ ਖਾਸ ਉਹਦੀ ਕਾਰਗੁਜ਼ਾਰੀ ਹੋਵੇ? ਨਹੀਂ ਬਿਲਕੁਲ ਨਹੀਂ, ਜੋ ਇੱਥੇ ਸਭ ਤੋਂ ਵੱਡਾ ਇਤਿਹਾਸਕ ਨਗਰ ਮੰਨਿਆ ਜਾਂਦਾ ਤਖ਼ਤ ਸ੍ਰੀ ਦਮਦਮਾ ਸਾਹਿਬ, ਉੱਥੇ ਪੈਂਚ ਵਰਗ ਵੀ ਨਹੀਂ ਹੋਇਆ ਸੜਕਾਂ ਨੂੰ,
ਕੱਲ ਜਥੇਦਾਰ ਸਾਹਿਬ ਵੀ ਕਹਿ ਰਹੇ ਸੀ, ਜਥੇਦਾਰ ਸਾਹਿਬ ਦਾ ਬਿਆਨ ਆਉਂਦਾ ਵੀ ਆਮ ਆਦਮੀ ਪਾਰਟੀ ਨੂੰ ਅਸੀਂ ਇੱਥੋਂ ਦਾ ਐਮ ਐਲ ਏ ਬਲਜਿੰਦਰ ਕੌਰ, ਅਸੀਂ ਉਹਨਾਂ ਨੂੰ ਕਹਿ ਹੰਭ ਕੇ ਵੀ ਇੱਥੇ ਤੁਸੀਂ ਪੈਂਚ ਵਰਗ ਕਰ ਦਿਓ, ਪਰ ਕੁਛ ਨਹੀਂ ਹੋ ਰਿਹਾ। ਠੀਕ ਹੈ ਭੁੱਲਰ ਸਾਹਿਬ, ਤੁਸੀਂ ਇਸ ਹਲਕੇ ਬਾਰੇ ਕਾਫੀ ਜਾਣਕਾਰੀ ਦਿੱਤੀ ਹੈ ਅਤੇ ਸਮੇਂ ਸਮੇਂ 'ਤੇ ਅਸੀਂ ਤੁਹਾਡੇ ਨਾਲ ਜੁੜਦੇ ਰਹਾਂਗੇ ਅਤੇ ਤੁਹਾਡੇ ਤੋਂ ਜਾਣਕਾਰੀ ਹਾਸਿਲ ਕਰਦੇ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਸ ਚੋਣ ਖੇਤਰ ਦਾ ਵੇਰਵਾ ਸੁਣਿਆ, ਸਰਵੇਖਣ ਸੁਣਿਆ ਅਤੇ ਸਾਡੇ ਰਿਪੋਰਟਰ ਦੀ ਗੱਲਬਾਤ ਵੀ ਸੁਣੀ ਅਤੇ ਇਸ ਸਮੇਂ ਅਜਿਹਾ ਲੱਗ ਰਿਹਾ ਹੈ ਕਿ ਬਠਿੰਡੇ ਦੀ ਸਥਿਤੀ ਕਾਫੀ ਜ਼ਿਆਦਾ ਦਿਲਚਸਪ ਬਣੀ ਹੋਈ ਹੈ, ਕਿਉਂਕਿ ਖਾਸ ਤੌਰ 'ਤੇ ਇੱਥੇ ਅਕਾਲੀ ਦਲ ਲਈ ਬਹੁਤ ਵੱਡੀ ਚੁਣੌਤੀ ਬਣੀ ਹੋਈ ਹੈ ਕਿ ਅਕਾਲੀ ਦਲ ਇੱਥੋਂ ਆਪਣਾ ਵਕਾਰ ਬਚਾ ਸਕੂਗਾ ਅਤੇ ਨਾਲ ਨਾਲ ਕਾਂਗਰਸ ਲਈ ਵੀ ਵੱਡੀ ਚੁਣੌਤੀ ਹੈ, ਕਿਉਂਕਿ ਰਾਜਾ ਵੜਿੰਗ ਦੇ ਲਈ ਵੀ ਇਹ ਵਕਾਰ ਦਾ ਮੁੱਦਾ ਹੈ। ਜੇਕਰ ਉਹਨਾਂ ਨੂੰ ਸੀਟ ਟਿਕਟ ਮਿਲਦੀ ਹੈ ਜਾਂ ਉਹਨਾਂ ਦੀ ਪਤਨੀ ਨੂੰ ਮਿਲਦੀ ਹੈ ਤਾਂ ਕੀ ਹਾਲਾਤ ਬਣਨਗੇ, ਅਤੇ ਆਮ ਆਦਮੀ ਪਾਰਟੀ ਲਈ ਵੀ ਬਹੁਤ ਵੱਡੀ ਚੁਣੌਤੀ ਹੈ ਕਿਉਂਕਿ ਉਹ ਸੱਤਾਧਾਰੀ ਪਾਰਟੀ ਹੈ। ਭਗਵੰਤ ਮਾਨ ਅਕਸਰ ਹੀ ਇਹ ਦਾਅਵਾ ਕਰ ਰਹੇ ਨੇ ਕਿ ਅਸੀਂ 13 ਦੀ 13 ਸੀਟਾਂ ਜਿੱਤ ਜਾਵਾਂਗੇ। ਹੁਣ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ 13 ਸੀਟਾਂ ਜਿਤਾਉਂਦੇ ਹੈ ਕਿ ਨਹੀਂ ਜਿਤਾਉਂਦੇ, ਇਹ ਲੋਕਾਂ ਨੇ ਦੱਸਣਾ। ਭਾਰਤੀ ਜਨਤਾ ਪਾਰਟੀ ਲਈ ਭਾਵੇਂ ਅਸੀਂ ਇਹ ਕਹਿ ਰਹੇ ਹਾਂ ਵੱਡਾ ਵਕਾਰ ਦਾ ਮੁੱਦਾ ਨਹੀਂ ਹੈ, ਉਹ ਜੋ ਕੁਛ ਹਾਸਲ ਕਰੂਗੀ ਉਸ ਦੇ ਲਈ ਫਾਇਦੇਮੰਦ ਹੀ ਹੈ, ਪਰ ਉਹ ਪੰਜਾਬ ਦੇ ਵਿੱਚ ਇਕੱਲੇ ਤੌਰ 'ਤੇ ਵਿਚਰਨਾ ਚਾਹ ਰਹੀ ਹੈ, ਆਪਣਾ ਵਿਸਥਾਰ ਚਾਹ ਰਹੀ ਹੈ। ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਨੂੰ ਕਿਹੋ ਜਿਹਾ ਹੰਗਾਰਾ ਦਿੰਦੇ ਹੈ। ਅਤੇ ਇਹ ਸੀਗੀ ਅੱਜ ਬਠਿੰਡੇ ਦੀ ਰਿਪੋਰਟ। ਕੱਲ੍ਹ ਨੂੰ ਕਿਸੇ ਹੋਰ ਚੋਣ ਖੇਤਰ ਦੇ ਉੱਤੇ ਆਪਾਂ ਕੇਂਦਰਿਤ ਹੋਵਾਂਗੇ, ਤੁਹਾਨੂੰ ਜਾਣਕਾਰੀ ਦੇਵਾਂਗੇ। ਉਦੋਂ ਤੱਕ ਲਈ ਮੈਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।